ਭੰਡਾ ਸ਼ੀਟ ਬਾਦਲਾ ਨੇ ਹੁਣ ਤੱਕ ਜਿੰਨੇ ਵਾਰੀ ਵੀ ਜਿੱਤੀ ਆ ਜਾਂ ਲੜੀ ਆ ਸਮਝੌਤਿਆਂ ਤਹਿਤੀ ਲੜੀ ਆ ਲੱਖੇ ਦਾ ਬਹੁਤ ਚਿਰ ਦਾ ਲਾਣਾ ਬਾਈ ਭੰਡਾ ਮੇਰਾ ਆਪਣਾ ਜ਼ਿਲ੍ਹਾ ਲੱਖਾ ਭੰਡਾ ਨੂੰ ਲੜੂਗਾ ਹੋਰ ਲੱਖਾ ਕਿੱਥੋਂ ਲੜੂਗਾ ਜਾ ਕੇ ਲੱਖਾ ਭੰਡਾ ਹੀ ਲੜੂ ਬਾਦਲਾ ਦਾ ਗੜ ਇਹ ਬਾਦਲਾ ਦਾ ਗੜ ਪਤਾ ਨਹੀਂ ਤੁਸੋਂ ਹੀ ਬਣਾਈ ਜਾਂਦੇ ਆ মিডিਆ ਚ ਬਣਾਇਆ ਹੋਇਆ ਪਤਾ ਨਹੀਂ ਗੜ ਤਾਂ ਬਾਦਲਾ ਦਾ ਪਹਿਲਾਂ ਹੀ ਟੁੱਟ ਗਿਆ ਸੀ ਬਾਬਾ ਬੋੜ ਮੰਨਿਆ ਜਾਂਦਾ ਸਿਆਸ ਦਾ ਬਾਦਲ ਜੀਤਵਿੰਦਰ ਸਿੰਘ ਸਿੱਧੂ ਰਣਾ ਮੈਂ ਗੱਲ ਕਰ ਰਿਹਾ ਸੀ ਜਿਸ ਤਰ੍ਹਾਂ ਮੈਂ ਕਿਹਾ ਕਿ ਚਿੱਠੀ ਆਈ ਹੈ ਮਾਨ ਸਭ ਵੱਲੋਂ ਕਿ ਤੁਸੀਂ ਉਹਨਾਂ ਦੇ ਉਮੀਦਵਾਰ ਹੋ ਉਹਨਾਂ ਨੇ ਬਕਾਇਦਾ ਲਿਸਟ ਜਾਰੀ ਕੀਤੀ ਆ ਪਰ ਜੀਤਵਿੰਦਰ ਸਿੰਘ ਸਿੱਧੂ ਕਹਿੰਦੇ ਕਿ ਲੱਖਾਂ ਉਹਨਾਂ ਦੇ ਵੱਲੋਂ ਨਹੀਂ ਆ ਕਿਹਦੇ ਵੱਲੋਂ ਚੋਣ ਲੜ ਰਹੇ ਹੋ ਤੁਸੀਂ ਜੀਤਵਿੰਦਰ ਸਿੱਧੂ ਨੂੰ ਪੁੱਛਣਾ ਕਿ ਮੈਨੂੰ ਪੁੱਛਣਾ ਜੀਤਵਿੰਦਰ ਸਿੱਧੂ ਨੂੰ ਪਤਾ ਕਿ ਮੈਂ ਕਿਹਦਾ ਉਮੀਦਵਾਰ ਆ ਕਿਹਦਾ ਨਹੀਂ ਆ ਉਹ ਮੈਂ ਦੱਸੂਗਾ ਜੀਤਵਿੰਦਰ ਸਿੱਧੂ ਦੱਸੂਗਾ ਜੀ ਕਿਹੜੇ ਨਿਸ਼ਾਨ ਤੇ ਤੁਸੀਂ ਲੜ ਰਹੇ ਹੋ ਨਿਸ਼ਾਨ ਤਾਂ ਬਾਈ ਪੱਕਾ ਹਲੇ ਹੈ ਨਹੀਂ ਪਾਰਟੀ ਕੋਲ ਕੋਈ ਮਤਲਬ ਤੁਸੀਂ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਵੱਲੋਂ ਲੜ ਰਹੇ ਹੋ ਚੋਣ ਲੜ ਰਹੇ ਹਾਂ ਉਸ ਨੇਰੀ ਦੇ ਵਿੱਚ ਜਿੱਦੇ ਸਾਰੇ ਵੱਡੇ ਵੱਡੇ ਰੁੜ ਗਏ ਤੇ ਮੇਰਾ ਕੋਈ ਸਿਆਸੀ ਆਧਾਰ ਨਹੀਂ ਜਿਹੜੇ ਹਲਕੇ ਦੇ ਵਿੱਚ ਮੈਂ 29000 ਵੋਟ ਲੈ ਗਿਆ ਸੀ ਅਕਾਲੀ ਦਲ ਨੂੰ ਭਾਈ 20000 ਕਾਂਗਰਸ ਨੂੰ ਭਾਈ 15000 ਤਾਂ ਮੈਂ ਤਾਂ ਉਦੋਂ ਵੀ ਲੜਾਈ ਲੜੀ ਐ ਠੋਕ ਠੋਕ ਹੁਣ ਵੀ ਲੜ ਰਿਹਾ ਸੋ ਗੱਲ ਜਿੱਤਾਂ ਹਾਰਾਂ ਦੀ ਨਹੀਂ ਹੁੰਦੀ ਬਾਈ ਅਸਲ ਦੇ ਵਿੱਚ ਮੈਦਾਨ ਛੱਡ ਜਾਣਾ ਹੀ ਬੰਦਾ ਜਿਹੜਾ ਪਹਿਲਾਂ ਹੀ ਹਾਰ ਮੰਨ ਲੇ ਅਸਲ ਹੁਣ ਐਸੇ ਮੈਂ ਤੁਸੀਂ ਦੇਖੋ ਕਿ ਅੱਜ ਵੀ ਬਾਦਲ ਹਲੇ ਜੱਕੋ ਤੱਕੀ ਚ ਨੇ ਹਲੇ ਦੇਖ ਰਹੇ ਨੇ ਵੀ ਕਿਵੇਂ ਕਰੀਏ ਕਿਹਨੂੰ ਉਤਾਰ ਗਏ ਜੋੜ ਤੋੜ ਸਮਝੌਤੇ ਸੀ ਉੱਤੇ ਵੀ ਸਾਰੇ ਕਰ ਲਏ ਵਿੱਚ ਹੀ ਕਾਂਗਰਸ ਨਾਲ ਸਮਝੌਤਾ ਕਰਕੇ ਜੀਤਮੇਂਦਰ ਨੂੰ ਉਤਾਰ ਲਿਆ ਵਿੱਚ ਹੀ ਭਾਜਪਾ ਨਾਲ ਸਮਝੌਤਾ ਕਰਕੇ ਪਰਮਪਾਲ ਨੂੰ ਬੀਬੀ ਨੂੰ ਉਧਰ ਭੇਜਤਾ ਸਮਝੌਤਾ ਮਤਲਬ ਕਿਹੜੇ ਸਮਝੌਤੇ ਇਹ ਟਿਕਟਾਂ ਦੇ ਸਮਝੌਤੇ ਜਿਹੜਾ ਬਹੰਡਾ ਸ਼ੀਟ ਬਾਦਲਾਂ ਨੇ ਹੁਣ ਤੱਕ ਜਿੰਨੇ ਵਾਰੀ ਵੀ ਜਿੱਤੀ ਆ ਜਾਂ ਲੜੀ ਐ ਸਮਝੌਤਿਆਂ ਤਹਿਤ ਹੀ ਲੜੀ ਐ ਹੂੰ ਪਹਿਲਾ ਕੈਪਟਨ ਨਾ ਹੁੰਦਾ ਰਿਆ ਪਟਿਆਲਾ ਬਠਿੰਡੇ ਦਾ ਐਸ ਵਾਰੀ ਰਾਜੇ ਬਣੰਗ ਨਾਲ ਹੋਇਆ ਕਮਜ਼ੋਰ ਉਮੀਦਵਾਰ ਦੇਣਾ ਹੂੰ ਜੀਤਮਿੰਦਰ ਲੱਖੇ ਦਾ ਬਹੁਤ ਚਿਰ ਦਾ ਲਾਣਾ ਬਾਈ ਬਠਿੰਡਾ ਮੇਰਾ ਆਪਣਾ ਜ਼ਿਲ੍ਹਾ ਲੱਖਾ ਬਠਿੰਡੂ ਹੀ ਲੜੂਗਾ ਹੋਰ ਲੱਖਾ ਕਿੱਥੋਂ ਲੜੂਗਾ ਜਾ ਕੇ ਲੱਖਾ ਬਠਿੰਡੂ ਹੀ ਲੜੂ ਬਾਦਲਾਂ ਦਾ ਗੜ ਇਹ ਬਾਦਲਾਂ ਦਾ ਗੜ ਪਤਾ ਨਹੀਂ ਤੁਸੂ ਹੀ ਬਣਾਈ ਜਾਂਦੇ ਆ ਮੀਡੀਆ ਚ ਬਣਾਇਆ ਹੋਇਆ ਪਤਾ ਨਹੀਂ ਗੜ ਤਾਂ ਬਾਦਲਾਂ ਦਾ ਪਹਿਲਾਂ ਹੀ ਟੁੱਟ ਗਿਆ ਸੀ ਬਾਬਾ ਬੋੜ ਮੰਨਿਆ ਜਾਂਦਾ ਸਿਆਸ ਦਾ ਬਾਦਲ ਜੀਤਵਿੰਦਰ ਸਿੰਘ ਸਿੱਧੂ ਰਣਾ ਮੈਂ ਗੱਲ ਕਰ ਰਿਹਾ ਸੀ ਜਿਸ ਤਰ੍ਹਾਂ ਮੈਂ ਕਿਹਾ ਕਿ ਚਿੱਠੀ ਆਈ ਹੈ ਮਾਨ ਸਭ ਵੱਲੋਂ ਕਿ ਤੁਸੀਂ ਉਹਨਾਂ ਦੇ ਉਮੀਦਵਾਰ ਹੋ ਉਹਨਾਂ ਨੇ ਬਕਾਇਦਾ ਲਿਸਟ ਜਾਰੀ ਕੀਤੀ ਆ ਪਰ ਜੀਤਵਿੰਦਰ ਸਿੰਘ ਸਿੱਧੂ ਕਹਿੰਦੇ ਕਿ ਲੱਖਾਂ ਉਹਨਾਂ ਦੇ ਵੱਲੋਂ ਨਹੀਂ ਆ ਕਿਹਦੇ ਵੱਲੋਂ ਚੋਣ ਲੜ ਰਹੇ ਹੋ ਤੁਸੀਂ ਜੀਤਵਿੰਦਰ ਸਿੱਧੂ ਨੂੰ ਪੁੱਛਣਾ ਕਿ ਮੈਨੂੰ ਪੁੱਛਣਾ ਜੀਤਵਿੰਦਰ ਸਿੱਧੂ ਨੂੰ ਪਤਾ ਕਿ ਮੈਂ ਕਿਹਦਾ ਉਮੀਦਵਾਰ ਆ ਕਿਹਦਾ ਨਹੀਂ ਆ ਉਹ ਮੈਂ ਦੱਸੂਗਾ ਜੀਤਵਿੰਦਰ ਸਿੱਧੂ ਦੱਸੂਗਾ ਜੀ ਕਿਹੜੇ ਨਿਸ਼ਾਨ ਤੇ ਤੁਸੀਂ ਲੜ ਰਹੇ ਹੋ ਨਿਸ਼ਾਨ ਤਾਂ ਬਾਈ ਪੱਕਾ ਹਲੇ ਹੈ ਨਹੀਂ ਪਾਰਟੀ ਕੋਲ ਕੋਈ ਮਤਲਬ ਤੁਸੀਂ ਸ਼੍ਰੋਮਣੀ ਕਾਲੇ ਦਰ ਅੰਮ੍ਰਿਤਸਰ ਵੱਲੋਂ ਲੜ ਰਹੇ ਹੋ ਚੋਣ ਲੜ ਰਹੇ ਹਾਂ ਉਸ ਨੇਰੀ ਦੇ ਵਿੱਚ ਜਿੱਦੇ ਸਾਰੇ ਵੱਡੇ ਵੱਡੇ ਰੁੜ ਗਏ ਤੇ ਮੇਰਾ ਕੋਈ ਸਿਆਸੀ ਆਧਾਰ ਨਹੀਂ ਜਿਹੜੇ ਹਲਕੇ ਦੇ ਵਿੱਚ ਮੈਂ 29000 ਵੋਟ ਲੈ ਗਿਆ ਸੀ ਅਕਾਲੀ ਦਲ ਨੂੰ ਭਾਈ 20000 ਕਾਂਗਰਸ ਨੂੰ ਭਾਈ 15000 ਤਾਂ ਮੈਂ ਤਾਂ ਉਦੋਂ ਵੀ ਲੜਾਈ ਲੜੀ ਐ ਠੋਕ ਠੋਕ ਹੁਣ ਵੀ ਲੜ ਰਿਹਾ ਸੋ ਗੱਲ ਜਿੱਤਾਂ ਹਾਰਾਂ ਦੀ ਨਹੀਂ ਹੁੰਦੀ ਬਾਈ ਅਸਲ ਦੇ ਵਿੱਚ ਮੈਦਾਨ ਛੱਡ ਜਾਣਾ ਹੀ ਬੰਦਾ ਜਿਹੜਾ ਪਹਿਲਾਂ ਹੀ ਹਾਰ ਮੰਨ ਲੇ ਅਸਲ ਹੁਣ ਇਸ ਸਮੇਂ ਤੁਸੀਂ ਦੇਖੋ ਕਿ ਅੱਜ ਵੀ ਬਾਦਲ ਹਲੇ ਜੱਕੋ ਤੱਕੀ ਚ ਨਹੀਂ ਹਲੇ ਦੇਖ ਰਹੇ ਨੇ ਵੀ ਕਿਵੇਂ ਕਰੀਏ ਕਿਨੂੰ ਉਤਾਰ ਗਏ ਜੋੜ ਤੋੜ ਸਮਝੌਤੇ ਸੀ ਉੱਤੇ ਵੀ ਸਾਰੇ ਕਰ ਲਏ ਵਿੱਚ ਹੀ ਕਾਂਗਰਸ ਨਾਲ ਸਮਝੌਤਾ ਕਰਕੇ ਜੀਤਮੇਂਦਰ ਨੂੰ ਉਤਾਰ ਲਿਆ ਵਿੱਚ ਹੀ ਭਾਜਪਾ ਨਾਲ ਸਮਝੌਤਾ ਕਰਕੇ ਪਰਮਪਾਲ ਨੂੰ ਬੀਬੀ ਨੂੰ ਉਧਰ ਭੇਜਤਾ ਸਮਝੌਤਾ ਮਤਲਬ ਕਿਹੜੇ ਸਮਝੌਤੇ ਇਹ ਟਿਕਟਾਂ ਦੇ ਸਮਝੌਤੇ ਜਿਹੜਾ ਬੰਡਾ ਸ਼ੀਟ ਬਾਦਲਾਂ ਨੇ ਹੁਣ ਤੱਕ ਜਿੰਨੇ ਵਾਰੀ ਵੀ ਜਿੱਤੀ ਆ ਜਾਂ ਲੜੀ ਐ ਸਮਝੌਤਿਆਂ ਤਹਿਤ ਹੀ ਲੜੀ ਐ ਹੂੰ ਪਹਿਲਾ ਕੈਪਟਨ ਨਾ ਹੁੰਦਾ ਰਿਆ ਪਟਿਆਲਾ ਬਠਿੰਡੇ ਦਾ ਐਸ ਵਾਰੀ ਰਾਜੇ ਬਣਿੰਗ ਨਾਲ ਹੋਇਆ ਕਮਜ਼ੋਰ ਉਮੀਦਵਾਰ ਦੇਣਾ ਹੂੰ ਜੀਤਮਿੰਦਰ